ਬਸ ਚੰਦ ਹੋ ਜਿਹੜੀਆਂ ਖੱਚਾ ਇੰਸਟਾ ਉੱਤੇ ਨਿਤ ਨਵਾਂ ਗੰਦ ਬੱਕਦੀਆਂ, ਫੇਮ ਲੈਣ ਦੀ ਖਾਤਰ ਨੀ ਨਿਤ ਲੀੜੇ ਲਾਲਾ ਨੱਚਦੀਆਂ, ਉਹਨਾਂ ਕੋਲੋਂ ਡਰਦੇ ਆ ਤੇ ਸਿੰਗਰਾਂ ਪਿੱਛੇ ਪੈ ਜਾਂਦੇ, ਇੱਕ ਵੀ ਤੱਤੀ ਗੱਲ ਜੇ ਕਹੀਏ ਲਾ ਕੇ ਧਰਨੇ ਬਹਿ ਜਾਂਦੇ। ਬੈਠੇ ਆਂਚ ਬੈਠੇ ਬੈਠੇ ਆਂਚ ਬੈਠੇ ਖਲੋਤੇ ਜੇ ਖਲੋ ਜੀਏ, ਜਿਹੋ ਜਿਹਾ ਮਾਹੌਲ ਹੋਵੇ ਉਹੋ ਜਿਹੇ ਹੋ ਜੀਏ, ਜਿਹੋ ਜਿਹਾ ਮਾਹੌਲ ਹੋਵੇ ਉਹੋ ਜਿਹੇ ਹੋ ਜੀਏ, ਜਿਹੋ ਜਿਹਾ ਮਾਹੌਲ ਹੋਵੇ। ਇੱਕ ਬੰਦੇ ਨੇ ਸਾਰੀ ਜ਼ਿੰਦਗੀ ਲਾਈ ਸੰਗੀਤ ਦੇ ਵਿੱਚ, ਸਾਰੀ ਤਪੱਸਿਆ ਕੀਤੀ, ਸਾਧਨਾ ਕੀਤੀ, ਅੱਜ ਉਹਦੇ ਬਰਾਬਰ ਤੁਸੀਂ ਨੀਟੂ ਸ਼ਟਰ ਵਾਲੇ ਨੂੰ ਠੱਲ ਦਿੰਦੇ ਆ। ਆਹ ਪਰਸੋਂ ਚੌਥੇ ਦੀ ਵੀਡੀਓ ਵਾਇਰਲ ਹੋ ਰਹੀ, ਅਮਰੋਜੀ ਦਾ ਕਿਤੇ ਪ੍ਰੋਗਰਾਮ ਸੀਗਾ, ਬਹੁਤ ਅੱਛੇ ਆਰਟਿਸਟ ਨੇ, ਬੜੀ ਮਿਹਨਤ ਕੀਤੀ ਉਹਨਾਂ ਨੇ, ਉਹਨਾਂ ਦੇ ਬਰਾਬਰ ਉਹ ਕਿਹੜਾ ਸੋਨੂ ਸੀਤੋਵਾਲਾ ਨੂੰ ਠੱਲਦਾ, ਉਹ ਵਿਚਾਰੀ ਮਿਲਾ ਗੁੱਸੇ 'ਚ ਮਾਇਕ ਫੜਾ ਕੇ ਥੱਲੇ ਉਤਰ ਗਈ। ਵੇ ਆ ਜਾ ਸ਼ਿਮਲੇ ਦਾ ਟੂਰ ਕੱਢੀਏ, ਨੀ ਐਵੇਂ ਕਾਹਤੋਂ ਕੰਮ ਧੰਦੇ ਛੱਡੀਏ, ਵੇ ਆ ਜਾ ਸ਼ਿਮਲੇ ਦਾ ਟੂਰ ਕੱਢੀਏ, ਨੀ ਐਵੇਂ ਕਾਹਤੋਂ ਕੰਮ ਧੰਦੇ ਛੱਡੀਏ, ਵੇ ਜੱਟਾ ਤੇਰੀ ਸੋਚ ਵੱਖਰੀ, ਤੂੰ ਕੰਮਾਂ ਧੰਦਿਆਂ 'ਚ ਤਣਿਆ ਪਿਆ, ਹੋ ਆ ਜਾ ਮਿੱਤਰਾਂ ਦੇ ਪਿੰਡ ਗੋਰੀਏ, ਨੀ ਜਾਵਾਂ ਸ਼ਿਮਲਾਈ ਬਣਿਆ ਪਿਆ। ਮਾਂ ਬੋਲੀ ਨੂੰ ਖਤਰਾ ਏ ਜੋ ਜ਼ਿਆਦਾ ਰੌਲਾ ਪਾਉਂਦੇ ਨੇ, ਆਪਣੇ ਬੱਚੇ ਕਾਹਤੋਂ CBSE ਵਿੱਚ ਪੜ੍ਹਾਉਂਦੇ ਨੇ, ਜਿਹੜੇ ਕਹਿੰਦੇ ਅੱਜ ਕੱਲ੍ਹ ਗਾਇਕਾਂ ਗੰਦ ਬੜਾ ਹੀ ਪਾਇਆ ਏ, ਉਹਨਾਂ ਨੇ ਫਿਰ ਵਿਆਹ ਵਿੱਚ ਕਾਹਤੋਂ ਡਾਂਸਰਾਂ ਨੂੰ ਲਾਇਆ ਏ, ਜਿਹੜਾ ਸਾਨੂੰ ਨਿੰਦਦਾ ਫਿਰਦਾ ਰੱਖ ਕੇ ਚਿੱਟਾ ਦਾੜਾ ਨੀ, ਅੱਧ ਨੰਗੀਆਂ ਦੀ ਬਾਂਹ ਫੜ ਕੇ ਪਰ ਆਪ ਨੱਚੇ ਕਰਤਾਰਾ ਨੀ, ਮੂੰਹ ਦੇ ਉੱਤੇ ਮਖੌਟਾ ਏ ਪਰ ਵਿੱਚੋਂ ਸਭ ਗਦਾਰ ਕੁੜੇ, ਇੱਕੋ ਗੱਲ ਸੁਣਾਵਾਂ ਸਾਰੇ ਛਿੱਤਰਾਂ ਦੇ ਨੇ ਯਾਰ ਕੁੜੇ। ਨਮਸਕਾਰ ਜੀ, ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡਾਇਰੀ। ਸਰਤਾਜ ਜਿੰਨਾ ਪੜ੍ਹਿਆ ਲਿਖਿਆ ਤੇ ਪਾਕਿਸਤਾਨ ਜਾ ਕੇ ਪੰਜਾਬੀ ਗਾਇਕ ਅਕਰਮ ਰਾਹੀ ਤੇ PhD ਕਰਨ ਵਾਲਾ ਇੰਦਰ ਮਾਨ ਅੱਜ ਕੱਲ੍ਹ ਫਰੀਦਕੋਟ ਵਿੱਚ ਆ ਤੇ ਕਰੋਨਾ ਕਾਲ ਦਾ ਝੰਬਿਆ ਹੋਇਆ ਇਹ ਕਲਾਕਾਰ ਹੁਣ ਇੱਕ ਵਾਰ ਫਿਰ ਤੋਂ ਦੁਬਾਰਾ ਉੱਠਣ ਲਈ ਸੰਘਰਸ਼ ਕਰ ਰਿਹਾ ਹੈ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਉਹ ਕਾਫੀ ਮਸ਼ਹੂਰ ਫੇਮਸ ਹੋ ਚੁੱਕਿਆ ਸੀ, ਪਰ ਕਰੋਨਾ ਕਾਲ ਤੋਂ ਬਾਅਦ ਇੱਕਦਮ ਹਰ ਚੀਜ਼ 'ਤੇ ਸੋਸ਼ਲ ਮੀਡੀਆ ਛਾ ਗਿਆ ਅਤੇ ਪੰਜਾਬੀ ਸੰਗੀਤ ਨੂੰ ਵੀ ਸੋਸ਼ਲ ਮੀਡੀਆ ਨੇ ਖਾ ਲਿਆ। ਇਸੇ ਕਰਕੇ ਅੱਜ ਕੱਲ੍ਹ ਅਣਚਾਹੇ ਗਾਇਕ ਅਣਚਾਹੇ ਸਟਾਰ ਪੈਦਾ ਹੋ ਰਹੇ ਆ, ਪਰ ਇੰਦਰ ਮਾਨ ਇਸ ਸਭ ਕਾਸੇ ਵਿੱਚੋਂ ਨਿਕਲ ਕੇ ਇੱਕ ਵਾਰ ਫਿਰ ਹਿੰਮਤ ਮਾਰ ਕੇ ਸੰਘਰਸ਼ ਦੇ ਨਾਲ ਅੱਗੇ ਆਉਣ ਲਈ ਕੋਸ਼ਿਸ਼ਾਂ ਕਰ ਰਿਹਾ ਹੈ ਅਤੇ ਉਸਦੇ ਗੀਤ ਹੁਣ ਫਿਰ ਇੱਕ ਵਾਰ ਰੀਲਾਂ ਬਣ ਕੇ ਸਟੇਟਸ ਲੱਗਣ ਲੱਗੇ ਆ। ਉਹਨਾਂ ਵਿੱਚੋਂ ਪ੍ਰਮੁੱਖ ਉਸਦਾ ਕਨੇਡਾ ਵਿੱਚ ਦਿਹਾੜੀਆਂ, ਸ਼ਿਮਲਾ, ਬੁਰਜ ਖਲੀਫਾ ਸਮੇਤ ਬਹੁਤ ਸਾਰੇ ਗੀਤ ਅਜਿਹੇ ਆ ਜਿਹੜੇ ਉਸਦੇ ਅੱਜ ਕੱਲ੍ਹ ਸਟੇਟਸ ਲੱਗ ਰਹੇ ਆ, ਲੋਕਾਂ ਵੱਲੋਂ ਰੀਲਾਂ ਬਣਾ ਕੇ ਸਟੇਟਸ ਲਾਏ ਜਾ ਰਹੇ ਆ। ਅਤੇ ਹੁਣ ਉਸਨੇ ਆਪਣੇ ਇਸ ਗਾਇਕੀ ਦੇ ਸਫ਼ਰ ਨੂੰ ਇੱਕ ਰੀਬਰਥ ਨਾਂ ਦੇ ਕੇ ਦੁਬਾਰਾ ਸ਼ੁਰੂ ਕਰਨ ਦਾ ਉਪਰਾਲਾ ਕੀਤਾ ਹੈ ਅਤੇ ਇਸ ਉਪਰਾਲੇ ਵਿੱਚ ਲਗਭਗ ਲੰਬੇ ਗੀਤ ਵਿੱਚ ਉਸਨੇ ਹਰ ਉਸ ਵਰਗ ਨੂੰ ਛਿੱਤਰਾਂ ਦੇ ਯਾਰ ਕਿਹਾ ਹੈ ਜਿਹੜੇ ਕਿ ਪੰਜਾਬ ਦੇ ਵਿੱਚ ਰਹਿ ਕੇ ਜੋ ਗੱਲਾਂ ਕਰਦੇ ਆ ਉਹ ਅਸਲ ਵਿੱਚ ਆਪ ਨਹੀਂ ਉਹ ਹੁੰਦੇ, ਉਸ ਬਾਰੇ ਖੂਬ ਗੱਲ ਕੀਤੀ ਆ, ਵੱਡੀ ਗੱਲ ਕੀਤੀ ਆ। ਆਓ ਇੰਦਰ ਮਾਨ ਨਾਲ ਹੀ ਗੱਲਬਾਤ ਕਰਦੇ ਹਾਂ, ਸੁਣਦੇ ਹਾਂ ਉਸ ਦੀਆਂ ਨਵੀਆਂ ਰਚਨਾਵਾਂ ਰੀਬਰਥ, ਅਤੇ ਇਸ ਤੋਂ ਇਲਾਵਾ ਸਰਬਜੀਤ ਚੀਮਾ ਵੱਲੋਂ ਗਾਏ ਰੰਗਲੇ ਪੰਜਾਬ ਦੇ ਜਵਾਬ ਵਿੱਚ ਗਾਇਆ ਉਸਦਾ ਲੋਕ ਤੱਥ ਅਤੇ ਹੋਰ ਕਈ ਕੁਝ। ਕਿਉਂਕਿ ਬਹੁਤ ਲੰਮਾ ਸੰਘਰਸ਼ ਆ, ਬਹੁਤ ਵੱਡਾ ਸਮੁੰਦਰ ਆ, ਥੋੜ੍ਹੀ ਜਿਹੀ ਸਮਝ ਆਈ ਆ ਅਤੇ ਮਿਹਨਤ ਜਾਰੀ ਹੈ, ਕੋਸ਼ਿਸ਼ ਜਾਰੀ ਹੈ। ਸੰਗੀਤ ਦੇ ਵਿੱਚ ਮੇਰਾ ਖਿਆਲ PhD ਕੀਤੇ ਹੋਏ ਦੋ ਹੀ ਬੰਦੇ ਆ, ਸਰਤਾਜ ਅਤੇ ਇੰਦਰ ਮਾਨ। PhD ਵੈਸੇ ਤਾਂ ਚਲੋ ਕਰਦੇ ਹੀ ਰਹਿੰਦੇ ਲੋਕ, ਹੈ ਨਾ, ਪਰ ਹਾਂ ਕਰਦੇ ਗਿਣਤੀ ਦੇ ਜੀ, ਲਿਮਿਟਡ ਹੀ ਹੁੰਦੇ ਆ। ਅਤੇ ਮੇਰਾ ਸਬੱਬ ਬਣਿਆ, ਮੈਂ ਕਹਿੰਦਾ ਵੀ ਖੇਤੀਬਾੜੀ ਵਾਲੀ ਫੈਮਿਲੀ 'ਚੋਂ ਨਿਕਲ ਕੇ
ਗਾਇਕੀ 'ਚ ਆਉਣ ਦਾ ਸਬੱਬ ਮੇਰੀ ਐਜੂਕੇਸ਼ਨ ਹੀ ਬਣੀ, ਜਿਹਦੇ ਕਰਕੇ ਮੈਂ ਇੱਥੋਂ ਤੱਕ ਤੁਹਾਡੇ ਸਨਮੁੱਖ ਹੋ ਰਿਹਾ। ਅਤੇ ਬਹੁਤ ਵਧੀਆ ਰਿਹਾ ਮੇਰਾ ਸਫ਼ਰ ਜੀ, ਮੈਨੂੰ ਮੈਂ ਸ਼ੁਕਰਗੁਜ਼ਾਰ ਹਾਂ ਉਸ ਮਾਲਕ ਦਾ ਜਿਹਨੇ ਮੈਨੂੰ ਗੁਰੂ ਨਾਨਕ ਸਾਹਿਬ ਦੀ ਧਰਤੀ 'ਤੇ ਜਾ ਕੇ ਮੈਨੂੰ PhD ਕਰਨ ਦਾ ਮੌਕਾ ਮਾਣ ਹਾਸਲ ਹੋਇਆ ਪਾਕਿਸਤਾਨ ਲਾਹੌਰ ਦੇ ਵਿੱਚ ਪੰਜਾਬ ਯੂਨੀਵਰਸਿਟੀ, ਉੱਥੇ ਮੈਂ ਰਿਸਰਚ ਕੀਤੀ ਹੈ ਜੀ। ਅਕਰਮ ਰਾਹੀ ਸਾਹਿਬ 'ਤੇ ਮੇਰਾ ਸਬਜੈਕਟ ਸੀਗਾ ਖੋਜ ਦਾ ਵਿਸ਼ਾ, ਅਤੇ ਬਹੁਤ ਅੱਛਾ ਰਿਹਾ, ਬਹੁਤ ਕੁਛ ਸਿੱਖਣ ਨੂੰ ਮਿਲਿਆ, ਆਪਣੀਆਂ ਜੜ੍ਹਾਂ ਨਾਲ ਜੁੜੇ ਉੱਧਰ ਜਾ ਕੇ ਪਤਾ ਲੱਗਿਆ। ਮੈਂ ਪਹਿਲਾਂ ਵੀ ਇੰਟਰਵਿਊ 'ਚ ਗੱਲ ਕਰਦਾ ਵੀ ਮੈਨੂੰ ਲੱਗਦਾ ਮੈਂ ਸਾਰੀ ਦੁਨੀਆ ਘੁੰਮ ਲਈ, ਕਿਉਂਕਿ ਮੈਂ ਆਪਣੀ ਜੜ੍ਹ ਦੇਖ ਚੁੱਕਿਆ, ਆਪਣੀਆਂ ਜੜ੍ਹਾਂ ਨਾਲ ਜੁੜ ਗਿਆ। ਉੱਥੋਂ ਮੈਨੂੰ ਜੋ ਕੁਛ ਸਿੱਖਣ ਨੂੰ ਮਿਲਿਆ ਉਹ ਮੈਨੂੰ ਸਾਰੀ ਹੋਰ ਕਿਤੋਂ ਦੁਨੀਆ 'ਚੋਂ ਨਹੀਂ ਮਿਲਣਾ ਸੀ। ਉੱਥੋਂ ਵਾਲੇ ਸੰਗੀਤ 'ਚ ਅਤੇ ਆਪਣੇ ਸੰਗੀਤ 'ਚ ਕਿੰਨਾ ਕੁ ਫਰਕ ਲੱਗਾ? ਉੱਥੇ ਹਾਲੇ ਵੀ ਥੋੜ੍ਹਾ ਜਿਹਾ ਫਰਕ ਹੈ ਜੀ, ਕਿਉਂਕਿ ਸਮੇਂ ਦੇ ਹਿਸਾਬ ਨਾਲ ਉਹ ਸਾਡੇ ਨਾਲ ਆਪਾਂ ਕਹਿ ਦਈਏ 20 ਸਾਲ ਟੈਕਨੀਕਲੀ ਤਾਂ ਚਲੋ ਉਹਨਾਂ ਦਾ ਆਪਣੇ ਕਲਚਰ ਨਾਲ ਜੁੜੇ ਹੋਏ ਨੇ, ਅਤੇ ਸਾਡਾ ਸੰਗੀਤ ਥੋੜ੍ਹਾ ਜਿਹਾ ਸਾਡੇ ਵੈਸਟਰਨ ਦਾ ਬਹੁਤ ਜ਼ਿਆਦਾ ਉਹਦੇ ਉੱਪਰ ਅਸਰ ਪੈ ਚੁੱਕਿਆ। ਸਾਡੀਆਂ ਜਿਹੜੀਆਂ ਬੀਟਸ ਨੇ ਉਹ ਵੈਸਟਰਨ ਟੈਕਨੀਕਲ ਅਸੀਂ ਐਡਵਾਂਸ ਹੋ ਚੁੱਕੇ ਹਾਂ, ਬਟ ਓਰੀਜਨਲੀ ਜੇ ਸੰਗੀਤ ਦੀ ਅਸਲੀ ਗੱਲ ਕਰੀ ਤਾਂ ਉਹ ਸਾਡੇ ਨਾਲੋਂ ਤੰਦਰੁਸਤ ਮਿਊਜ਼ਿਕ ਆ ਉਹਨਾਂ ਦਾ ਹਾਲੇ, ਕਿਉਂਕਿ ਉਹ ਸਾਰਾ ਹਜੇ ਲਾਈਵ ਮਿਊਜ਼ਿਕ ਕਰਦੇ ਨੇ। ਮੇਰੇ ਗੀਤ ਵੀ ਉੱਧਰ ਰਿਕਾਰਡ ਹੋਏ ਨੇ, ਉਹਨਾਂ ਨੇ ਗਾਏ ਨੇ ਅਤੇ ਤੁਸੀਂ ਸੁਣੋਗੇ, ਉਹ ਸਾਰਾ ਲਾਈਵ ਮਿਊਜ਼ਿਕ ਹੀ ਕਰਦੇ ਨੇ। ਕਿਹੜੇ ਕਿਹੜੇ ਉੱਥੇ ਗੀਤ ਕਿਹਨੇ ਕਿਹਨੇ ਕੀਤੇ ਤੁਹਾਡੇ? ਫਿਲਹਾਲ ਤਾਂ ਜੀ ਮੇਰੇ 2 ਗੀਤ ਹੋਏ ਨੇ ਉੱਧਰੋਂ, ਇੱਕ ਲਾਹੌਰ ਤੋਂ ਨੇ ਆਪਣੇ ਲੋਹਾਰ ਸਾਹਿਬ ਦੇ ਭਤੀਜੇ ਹੀ ਲੱਗਦੇ ਨੇ, ਸ਼ਾਗਿਰਦ ਵੀ ਨੇ, ਉਹਨਾਂ ਦਾ ਨਾਂ ਵੀ ਹੈਗਾ ਜ਼ਹੀਰ ਲੋਹਾਰ ਸਾਹਿਬ, ਉਹਨਾਂ ਨੇ ਗੀਤ ਮੇਰਾ ਗਾਇਆ ਸ਼ਹਿਰ ਤੇਰਾ, ਬਹੁਤ ਸੋਹਣਾ ਦੁਬਈ ਫਿਲਮ ਆਇਆ, ਬਹੁਤ ਅੱਛਾ ਜਾ ਰਿਹਾ। ਅਤੇ ਇੱਕ ਹੈਗੇ ਜੀ ਕਰਾਚੀ ਤੋਂ ਭਾਜੀ ਹੈਗੇ ਆਪਣੇ, ਉਹਨਾਂ ਦੀ ਆਵਾਜ਼ ਦੇ ਵਿੱਚ ਗੁਰਮੀਤ ਸਿੰਘ ਦੇ ਮਿਊਜ਼ਿਕ ਦੇ ਵਿੱਚ ਆ ਰਿਹਾ ਗੀਤ, ਬਹੁਤ ਵਧੀਆ ਜੀ। ਉਹਨਾਂ 'ਚੋਂ ਜੇ ਇੱਕ ਗੁਣਗੁਣਾਉਣਾ ਹੋਵੇ ਹਲਕਾ ਜਿਹਾ ਤਾਂ? ਹਾਂ, ਬਹੁਤ ਖੂਬਸੂਰਤ ਹੈ ਜੀ ਉਹ, ਮੇਰੇ ਦਿਲ ਦੇ ਬਹੁਤ ਨੇੜੇ ਆ। ਜਦੋਂ ਵੀ ਸ਼ਹਿਰ ਤੇਰੇ ਚੋਂ ਲੰਘੀਏ ਅੱਜ ਵੀ ਮਨ ਜਾ ਭਰ ਜਾਂਦਾ, ਜਦੋਂ ਵੀ ਸ਼ਹਿਰ ਤੇਰੇ ਚੋਂ ਲੰਘੀਏ ਅੱਜ ਵੀ ਮਨ ਜਾ ਭਰ ਜਾਂਦਾ, ਤੂੰ ਸਾਥੋਂ ਤੇ ਭੁੱਲ ਹੋਈ ਨਾ, ਤੂੰ ਸਾਥੋਂ ਤੇ ਭੁੱਲ ਹੋਈ ਨਾ, ਦੱਸ ਤੇਰਾ ਕਿੰਜ ਸਰ ਜਾਂਦਾ, ਜਦੋਂ ਵੀ ਸ਼ਹਿਰ ਤੇਰੇ ਚੋਂ ਲੰਘੀਏ ਅੱਜ ਵੀ ਮਨ ਜਾ ਭਰ ਜਾਂਦਾ। ਲਾਹੌਰ ਦੇ ਜਿਹੜੇ ਸੰਗੀਤ ਨਾਲ ਜੁੜੇ ਲੋਕ ਆ ਤੇ ਸਾਡੇ ਇੱਥੋਂ ਦੇ ਪੰਜਾਬ ਦੇ ਸੰਗੀਤ ਨਾਲ ਜੁੜੇ ਲੋਕ, ਉਹਨਾਂ 'ਚ ਕਿੰਨਾ ਕੁ ਫਰਕ ਲੱਗਦਾ? ਹਾਂਜੀ, ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਜਿਹੜੀ ਉੱਧਰ ਗੁਲੂਕਾਰ ਕਹਿੰਦੇ ਆ ਕਲਾਕਾਰ ਨੂੰ, ਹੈ ਨਾ, ਅਤੇ ਮੌਸੀਕੀ ਜਿਹੜਾ ਸੰਗੀਤ ਨੂੰ ਕਹਿ ਜਾਂਦਾ, ਥੋੜ੍ਹਾ ਜਿਹਾ ਟ੍ਰੈਡੀਸ਼ਨ ਦੇ ਵਿੱਚ ਜੁੜੇ ਹੋਏ ਨੇ, ਇਕੱਲਾ ਗੀਤ ਸੰਗੀਤ ਹੀ ਨਹੀਂ ਉਹਨਾਂ ਦਾ, ਓਵਰਆਲ ਹੀ ਜੀ। ਤੁਸੀਂ ਵੱਡੇ ਤੋਂ ਵੱਡੇ ਅਫਸਰ ਸ਼ਾਹੀ ਦੇ ਵਿੱਚ ਵੀ ਜਾਓਗੇ ਤਾਂ ਉਹ ਲੋਕ ਵੀ ਹਲੇ ਜਿੱਦਾਂ ਕੁੜਤਾ ਸਲਵਾਰ ਨੂੰ ਪਾਉਣਾ ਪਸੰਦ ਕਰਦੇ ਆ, ਉਹਨਾਂ ਦੇ ਘਰਾਂ ਦੇ ਵਿੱਚ ਵੀ ਹਜੇ ਟੈਲ ਬੱਤੇ ਦੀਆਂ ਛੱਤਾਂ ਨੇ, ਮੋਸਟਲੀ ਕੱਚੇ ਘਰ ਵੀ ਹੈਗੇ ਨੇ। ਲਾਹੌਰ ਥੋੜ੍ਹਾ ਜਿਹਾ ਡਿਵੈਲਪ ਹੈਗਾ ਜ਼ਰੂਰ, ਪਰ ਨਾਲ ਦੇ ਜਿਹੜੇ ਪਿੰਡ ਨੇ ਉਹ ਇਸ ਤਰ੍ਹਾਂ ਦੇ ਹੀ ਨੇ, ਹੈ ਨਾ। ਅਤੇ ਬਹੁਤ ਸਾਰੀਆਂ ਗੱਲਾਂ ਨੇ, ਇਸੇ ਤਰ੍ਹਾਂ ਸੰਗੀਤ ਵੀ ਹਲੇ ਟ੍ਰੈਡੀਸ਼ਨ ਨਾਲ ਹੀ ਚੱਲਦਾ ਉਹਨਾਂ ਦਾ, ਜਿਵੇਂ ਹਰ ਗੀਤ ਦੇ ਵਿੱਚ ਉਹ ਟੱਪੇ ਮਾਹੀਏ ਜ਼ਰੂਰ ਗਾਉਂਦੇ ਨੇ। ਤੁਸੀਂ ਦੇਖੋਗੇ ਕੋਈ ਵੀ ਗੀਤ ਹੋਊਗਾ ਉਹ ਟੱਪੇ ਮਾਹੀਏ ਜ਼ਰੂਰ ਪਾਉਣਗੇ ਵਿੱਚ। ਸਾਡਾ ਥੋੜ੍ਹਾ ਜਿਹਾ ਵੈਸਟਰਨ ਕਰਕੇ ਸਾਰਾ, ਸਾਡੇ ਹੁਣ ਕਨੇਡਾ ਦਾ ਦੌਰ ਜਾਣ ਕਰਕੇ ਜਿਹੜੀ ਨਵੀਂ ਪੀੜ੍ਹੀ ਹੈ, ਜਿੱਦਾਂ ਬਾਈ ਕਰਨ ਔਜਲਾ, ਸਿੱਧੂ ਮੂਸੇਵਾਲਾ ਸਾਹਿਬ, ਹੋਰ ਬਹੁਤ ਸਾਰੇ ਨਵੇਂ ਜਿਹੜੇ ਛੋਟੇ ਭਰਾ ਵੀ ਸਾਡੇ ਉੱਧਰੋਂ, ਜਿਹੜਾ ਪ੍ਰੋਡਕਸ਼ਨ ਇੱਧਰ ਹੋ ਰਹੀ ਹੈ ਉਹਦੇ ਨਾਲ ਜਿਹੜਾ ਸਟਾਈਲ ਬਦਲ ਗਿਆ, ਸਾਡੇ ਰੈਪ ਗਾਇਕੀ ਆ ਗਈ ਅੱਜ ਕੱਲ੍ਹ। ਉੱਥੇ ਕਿਹਨੂੰ ਕਿਹਨੂੰ ਮਿਲੇ ਫਿਰ ਵੱਡੇ ਜੇ ਕਲਾਕਾਰਾਂ ਦੀ ਗੱਲ ਕਰਨੀ ਹੋਵੇ? ਹਾਂਜੀ, ਮੇਰਾ ਜਿਹੜਾ ਵਰਕ ਸੀ ਉਹ ਅਕਰਮ ਰਾਈ ਸਾਹਿਬ ਤੇ ਸੀਗਾ, ਉਹ ਤਾਂ ਸਾਡੇ ਕੋਲੇ ਅਕਸਰ ਹੀ ਫਿਰ ਆਉਣ ਜਾਣ ਉਹਨਾਂ ਨਾਲ ਬਣੇ ਰਿਹਾ। ਉਹਨਾਂ ਦੇ ਫਰੈਂਡ ਸਰਕਲ 'ਚੋਂ ਵੀ ਬਹੁਤ ਅੱਛੇ ਨਾਮੀ ਗੀਤਕਾਰ ਸਾਹਿਬ ਹੋਰੀ, ਅਸਗਰ ਪਹਿਲਵਾਨ ਸਾਹਿਬ ਹੋਰੀ, ਔਰ ਜਿੱਦਾਂ ਸਾਈ ਜ਼ਹੂਰ ਸਾਹਿਬ ਨਾਲ ਬਹੁਤ ਵਧੀਆ ਰਾਬਤਾ ਰਿਹਾ। ਸਾਈ ਜ਼ਹੂਰ ਜੀ ਵੀ ਆਉਂਦੇ ਰਹੇ, ਉਹਨਾਂ ਦੇ ਪੁੱਤਰ ਬਹੁਤ ਅੱਛੇ ਮੇਰੇ ਮਿੱਤਰ ਵੀ ਬਣੇ ਨੇ।
ਅਤੇ ਨਸੀਬੋ ਜੀ ਨਾਲ ਵੀ ਗੱਲ ਹੁੰਦੀ ਰਹੀ ਮੇਰੀ। ਬਾਕੀ ਭਾਈ ਮਰਦਾਨਾ ਜੀ ਦੀ ਪੀੜ੍ਹੀ ਮਿਲਾ 17ਵੀਂ ਪੀੜ੍ਹੀ ਆ, ਉਹਨਾਂ ਦੀ ਵੰਸ਼ਜ ਨੂੰ ਵੀ ਮੈਂ ਮਿਲਿਆ, ਉਹ ਮੇਰੀਆਂ ਫੇਸਬੁੱਕ 'ਤੇ ਫੋਟੋਜ਼ ਵੀ ਹੈਗੀਆਂ, ਹੋਰ ਕਾਫੀ ਪੱਤਰਕਾਰ ਵੀ ਆਉਂਦੇ ਰਹੇ ਉੱਥੇ। ਕਿਹੜਾ ਰੰਗ ਭਾਰੂ ਰਹਿੰਦਾ ਤੁਹਾਡੀ ਗਾਇਕੀ 'ਤੇ, ਲਿਖਣ 'ਤੇ ਅਤੇ ਗਾਇਕ ਗਾਉਣ 'ਤੇ? ਫੋਕ ਗਾਇਕੀ ਹੀ, ਲੋਕ ਗਾਇਕੀ ਨੂੰ ਜ਼ਿਆਦਾ ਪ੍ਰੈਫਰ ਕਰਦਾ, ਪਰ ਵੈਸੇ ਮੈਂ ਗਾ ਸਾਰਾ ਕੁਛ ਹੀ ਲੈਂਦਾ। ਇਹ ਮੈਨੂੰ ਐਂ ਲੱਗਦਾ ਮੈਨੂੰ ਹਰ ਤਰ੍ਹਾਂ, ਕਿਉਂਕਿ ਮੈਂ ਐਜੂਕੇਟਡ ਸਰਕਲ 'ਚ ਵੀ ਰਹਿੰਦਾ ਅਤੇ ਆਪਣੇ ਜਿਹੜੇ ਪਿੰਡਾਂ ਵਾਲੇ ਲੋਕ ਵੀਰ ਆ ਉਹਨਾਂ ਨਾਲ ਵੀ ਰਹੀਦਾ। ਜੇ ਮੇਰਾ ਇੱਕ ਹੁਣ ਨਵਾਂ ਗੀਤ ਆ ਰਿਹਾ ਵੀ, ਬੈਠਿਆਂ 'ਚ ਬੈਠੇ ਅਤੇ ਖਲੋਤੇ ਜੇ ਖਲੋ ਜਾਈਏ, ਜਿਹੋ ਜਿਹਾ ਮਾਹੌਲ ਹੋ ਜੇ ਉਹੋ ਜਿਹੇ ਹੋ ਜਾਈਏ, ਹੈ ਨਾ। ਮੈਂ ਉਹਨੂੰ ਹਜੇ ਥੋੜ੍ਹਾ ਹੀ ਲਿਖਿਆ, ਬੈਠਿਆਂ 'ਚ ਬੈਠੇ ਬੈਠਿਆਂ 'ਚ ਬੈਠੇ ਖਲੋਤੇ ਜੇ ਖਲੋ ਜੀਏ, ਜਿਹੋ ਜਿਹਾ ਮਾਹੌਲ ਹੋਵੇ ਉਹੋ ਜਿਹੇ ਹੋ ਜੀਏ, ਜਿਹੋ ਜਿਹਾ ਮਾਹੌਲ ਹੋਵੇ ਉਹੋ ਜਿਹੇ ਹੋ ਜੀਏ, ਜਿਹੋ ਜਿਹਾ ਮਾਹੌਲ ਹੋਵੇ। ਇਹ ਮੈਂ ਬਣਾ ਰਿਹਾ ਜੀ ਹਲੇ, ਇਹ ਮਾਹੌਲ ਦੀ ਗੱਲ ਚੱਲੀ ਹੈ। ਹਾਂਜੀ, ਪੰਜਾਬ ਦੇ ਮਾਹੌਲ ਨੂੰ, ਸੰਗੀਤਕ ਮਾਹੌਲ ਨੂੰ ਕਿਸ ਤਰ੍ਹਾਂ ਦੇਖਦੇ ਹੋ, ਕੀ ਹੋ ਚੁੱਕਿਆ ਪੰਜਾਬ ਦੇ ਸੰਗੀਤਕ ਮਾਹੌਲ ਨੂੰ? ਇਹ ਇੱਕ ਨਾ ਸਮੇਂ ਤੇ ਬਦਲਦਾ ਰਹਿੰਦਾ ਜੀ ਸੰਗੀਤ ਆ, ਹੈ ਨਾ। ਹਰ ਚੀਜ਼ ਦਾ ਵੈਸੇ ਸਾਡੀ ਡਰੈਸਿੰਗ ਸੈਂਸ, ਸਾਡੇ ਘਰਾਂ ਦੇ ਡਿਜ਼ਾਈਨ, ਸਾਡੇ ਖਾਣ ਪਾਣ ਸਾਰਾ ਬਦਲਦਾ ਰਹਿੰਦਾ ਸਮੇਂ ਤੇ। ਉਸੇ ਤਰ੍ਹਾਂ ਜਿਹੜਾ ਸੰਗੀਤ ਆ, ਇਹ ਵੀ ਕਈ ਵਾਰੀ ਬਹੁਤ ਜ਼ਿਆਦਾ ਦੁਗਾਣਿਆਂ ਦਾ ਟ੍ਰੈਂਡ ਆ ਜਾਂਦਾ, ਕਈ ਵਾਰੀ ਸੋਲੋ ਗਾਇਕੀ ਦਾ ਟ੍ਰੈਂਡ ਆ ਜਾਂਦਾ। ਹੁਣ ਸਾਡੀ ਜਦੋਂ ਪਿਛਲੇ 5-10 ਸਾਲਾਂ ਤੋਂ ਜਿਹੜੀ ਸਾਡੀ ਨਵੀਂ ਪੀੜ੍ਹੀ ਉਹ ਬਾਹਰ ਜਾਣ ਕਰਕੇ ਉੱਧਰ ਦੀ ਜਿਹੜੀ ਬੀਟਸ ਨੇ ਉਹਨਾਂ ਨੂੰ ਯੂਜ਼ ਕਰਕੇ ਮਿਊਜ਼ਿਕ ਦੇ ਵਿੱਚ ਸਾਡੇ ਵੈਸਟਰਨ ਗਾਇਕੀ ਦਾ ਜਿਹੜਾ ਬੋਲਬਾਲਾ ਬਹੁਤ ਭਾਰੀ ਰਿਹਾ, ਅਤੇ ਇਹ ਸਮਾਂ ਹੁਣ ਹੋ ਸਕਦਾ ਦੁਬਾਰਾ ਫਿਰ ਉਹੀ ਡਿਊਟ ਦਾ ਵੀ ਟ੍ਰੈਂਡ ਚੱਲਿਆ, ਹੁਣ ਦੁਬਾਰਾ ਪੁਰਾਣੇ ਗੀਤਾਂ ਫਿਰ ਚੱਲ ਪਏ ਨੇ, ਅਤੇ ਇਹ ਬਦਲਦਾ ਰਹਿੰਦਾ ਜੀ, ਇਹ ਟਿਕਾਊ ਨਹੀਂ ਹੈ। ਸੋਸ਼ਲ ਮੀਡੀਆ ਦਾ ਕਿੰਨਾ ਕੁ ਅਸਰ ਆ ਪੰਜਾਬੀ ਸੰਗੀਤ 'ਤੇ? ਸੋਸ਼ਲ ਮੀਡੀਆ ਦਾ ਅਸਰ ਤਾਂ ਹੈ, ਪਰ ਉਹਦੇ ਕਿਤੇ ਨਾ ਕਿਤੇ ਫਾਇਦਾ ਵੀ ਹੈ। ਮੈਂ ਕਹਿਣਾ ਬਹੁਤ ਸਾਰੇ ਨਵੇਂ ਕਲਾਕਾਰ ਪੈਦਾ ਹੁੰਦੇ ਨੇ, ਪਰ ਨਾ ਕਿਤੇ ਨੁਕਸਾਨ ਵੀ ਆ, ਕਿਉਂਕਿ ਲੋਕ ਨਾ ਦਿਮਾਗੀ ਤੌਰ 'ਤੇ ਥੋੜ੍ਹੇ ਜਿਹੇ ਕਮਜ਼ੋਰ ਹੋ ਚੁੱਕੇ ਨੇ ਪਹਿਲਾਂ ਨਾਲੋਂ, ਚੰਗੀਆਂ ਗੱਲਾਂ ਜਾਂ ਚੰਗੀਆਂ ਚੀਜ਼ਾਂ ਦੀ ਸਮਝ ਘੱਟ ਗਈ ਆ, ਹੈ ਨਾ। ਦੇਸੀ ਘਿਓ ਹਾਜ਼ਮ ਨਹੀਂ ਆਉਂਦਾ ਹੁਣ, ਦੂਜੇ ਦਾ ਟ੍ਰੈਂਡ ਆ, ਹੈ ਨਾ, ਉਹ ਚੀਜ਼ ਆ। ਉਸੇ ਤਰ੍ਹਾਂ ਜਿਹੜਾ ਤੰਦਰੁਸਤ ਦਿਮਾਗ ਥੋੜ੍ਹੇ ਜਿਹੇ ਘੱਟ ਨੇ ਪਹਿਲਾਂ ਨਾਲੋਂ, ਸੋਸ਼ਲ ਮੀਡੀਆ ਦੇ ਉੱਪਰ ਸਾਡੀ ਜਿਹੜੀ ਸਪੀਡ ਆ ਉਹ ਬਹੁਤ ਜ਼ਿਆਦਾ ਵੱਧ ਗਈ ਆ, ਹੈ ਨਾ। ਚੀਜ਼ਾਂ ਦੀ ਬਹੁਤਾਂਤ ਹੋ ਗਈ ਆ, ਪਹਿਲਾਂ ਇਕੱਲੀ ਕਲਾ ਸੀਗੀ, ਹੁਣ ਜਿਵੇਂ ਬਹੁਤ ਸਾਰੀਆਂ ਹੋਰ ਚੀਜ਼ਾਂ ਵਰਾਇਟੀ ਸਾਨੂੰ ਸੋਸ਼ਲ ਮੀਡੀਆ 'ਤੇ ਮਿਲਦੀ ਆ, ਉਹਦੇ ਕਰਕੇ ਕਿਸੇ ਚੀਜ਼ ਪ੍ਰਤੀ ਜ਼ਿਆਦਾ ਸਾਡੀ ਜਿਹੜੀ ਆ ਸੋਚ ਉਹ ਬਦਲ ਗਈ। ਅਸੀਂ ਬਹੁਤ ਜਲਦੀ ਜਲਦੀ ਕਿਸੇ ਚੀਜ਼ ਨੂੰ ਦੇਖਣਾ ਚਾਹੁੰਦੇ ਹਾਂ, ਹਲਕੀਆਂ ਫੁਲਕੀਆਂ ਜਿਹੜੀਆਂ ਚੀਜ਼ਾਂ ਕਿਸੇ ਵੀ ਚੀਜ਼ ਦੇ ਵਿੱਚ ਉਹ ਜ਼ਿਆਦਾ ਸਾਨੂੰ ਪ੍ਰਭਾਵਿਤ ਕਰ ਰਹੀਆਂ। ਬਹੁਤ ਸਾਰੇ ਜਿਵੇਂ ਹੁਣ ਅੱਜ ਕੱਲ੍ਹ ਲੋਕ ਮਜ਼ਾਕੀਆ ਕਲਾਕਾਰਾਂ ਦਾ ਮਜ਼ਾਕ ਬਣਾਉਂਦੇ, ਉਹਨਾਂ ਦੇ ਵਿਊ ਹੋਣ ਲੱਗ ਜਾਂਦੇ, ਫਿਰ ਉਹੀ ਸਟਾਰ ਬਣ ਜਾਂਦੇ ਆ, ਅਤੇ ਜਿਹੜੇ ਉਹਨਾਂ ਕਰਕੇ ਚੰਗੇ ਗਾਇਕ ਬਹੁਤ ਸਾਰੇ ਪਿੱਛੇ ਵੀ ਰਹਿ ਜਾਂਦੇ, ਕਿਉਂਕਿ ਚੰਗੇ ਕਲਾਕਾਰ ਥੋੜ੍ਹੀ ਜਿਹੀ ਹੈਜੀਟੇਸ਼ਨ ਫੀਲ ਕਰਦੇ, ਕਿਉਂਕਿ ਉਹਨਾਂ ਦੀ ਮਿਹਨਤ ਆ ਉਹ ਥੋੜ੍ਹਾ ਜਿਹਾ ਸਮਾਂ ਭਾਲਦੇ ਨੇ। ਲੋਕ ਅੱਜ ਕੱਲ੍ਹ ਇੰਨਾ ਸਮਾਂ ਹੈ ਨਹੀਂ ਲੋਕਾਂ ਕੋਲੇ, ਅਤੇ ਲੋਕ ਜਿਵੇਂ ਬਹੁਤ ਸਾਰੇ ਅਣਚਾਹੇ ਕਲਾਕਾਰ ਜਿਹੜੇ ਪੈਦਾ ਹੋ ਰਹੇ ਆ, ਅਤੇ ਉਹ ਇੱਕ ਦੁਖਾਂਤ ਵੀ ਹੈ। ਹਰਮਨ ਚੀਮਾ, ਨੀਟੂ ਸ਼ਟਰਾਂ ਵਾਲਾ, ਝੁੰਮਿਆਂ ਵਾਲੀ ਭਾਬੀ, ਸਾਗਰ ਦੀ ਵਹੁਟੀ, ਇਹਨਾਂ ਦਾ ਕੀ ਲੱਗਦਾ ਸੰਗੀਤ ਦੇ ਵਿੱਚ? ਹੈ ਤਾਂ ਜੀ ਇਹ ਸੰਗੀਤ ਲਈ ਕਲਾਕਾਰਾਂ ਲਈ ਤਾਂ ਇੱਕ ਨੁਕਸਾਨਦੇਹ, ਮੈਂ ਤਾਂ ਸਿੱਧਾ ਕਹਿਣਾ, ਜਿਵੇਂ ਕੋਈ ਵਾਇਰਸ ਦਾ ਕੰਮ ਹੀ ਕਰਦੇ ਆ। ਮੈਂ ਦੇਖਦਾ ਹੁਣ ਵੀਡੀਓ, ਇੱਕ ਪਾਸੇ ਹੰਸਰਾਜ ਹੰਸ ਜੀ ਖੜੇ ਹੁੰਦੇ ਆ, ਇੱਕ ਪਾਸੇ ਨੀਟੂ ਸ਼ਟਰਾਂ ਵਾਲਿਆਂ ਨੂੰ ਠੱਲ ਦਿੰਦੇ ਆ, ਉਹ ਕਿੱਡਾ ਮਤਲਬ ਕਿਸੇ ਨੂੰ ਜਲੀਲ ਕਰਨ ਵਾਲਾ। ਇਸ ਤੋਂ ਵੱਡਾ ਇੱਕ ਕਲਾਕਾਰ ਦੀ ਬੇਇੱਜ਼ਤੀ ਹੈ ਨਹੀਂ ਕਿ ਇੱਕ ਬੰਦੇ ਨੇ ਸਾਰੀ ਜ਼ਿੰਦਗੀ ਲਾਈ ਸੰਗੀਤ ਦੇ ਵਿੱਚ, ਸਾਰੀ ਤਪੱਸਿਆ ਕੀਤੀ, ਸਾਧਨਾ ਕੀਤੀ, ਅੱਜ ਉਹਦੇ ਬਰਾਬਰ ਤੁਸੀਂ ਨੀਟੂ ਸ਼ਟਰਾਂ ਵਾਲੇ ਨੂੰ ਠੱਲ ਦਿੰਦੇ ਆ। ਆਹ ਪਰਸੋਂ ਚੌਥੇ ਦੀ ਵੀਡੀਓ ਵਾਇਰਲ ਹੋ ਰਹੀ, ਅਮਰੋਜੀ ਦਾ ਕਿਤੇ ਪ੍ਰੋਗਰਾਮ ਸੀਗਾ, ਬਹੁਤ ਅੱਛੇ ਆਰਟਿਸਟ ਨੇ, ਬੜੀ ਮਿਹਨਤ ਕੀਤੀ ਉਹਨਾਂ ਨੇ, ਉਹਨਾਂ ਦੇ ਬਰਾਬਰ ਉਹ ਕਿਹੜਾ ਸੋਨੂ ਸੀਤੋ ਵਾਲਿਆਂ ਨੂੰ ਠੱਲਤਾ, ਉਹ ਵਿਚਾਰੀ ਮਿਲਾ ਗੁੱਸੇ 'ਚ ਮਾਇਕ ਫੜਾ ਕੇ ਥੱਲੇ ਉਤਰ ਗਈ। ਉਹ ਇੱਦਾਂ ਹੁੰਦਾ ਜੀ, ਅਤੇ ਉਹ ਭੀੜ ਦੇ ਵਿੱਚ, ਕਿਉਂਕਿ ਤੰਦਰੁਸਤ ਦਿਮਾਗਾਂ ਦੀ ਕਮੀ ਹੋ ਗਈ ਹੈ, ਲੋਕਾਂ ਦਾ ਜਿਹੜਾ ਸੋਚ ਦਾ ਨਿਘਾਰ ਹੋ ਗਿਆ ਬਹੁਤ ਜ਼ਿਆਦਾ।
ਇਸੋ ਜੇ ਸਮੇਂ ਨੂੰ ਲੈ ਕੇ ਕੁਛ ਲਿਖਿਆ ਹੋਵੇ, ਗਾਇਆ ਹੋਵੇ? ਲਿਖਦੇ ਤਾਂ ਰਹਿੰਦੇ ਹਾਂ ਜੀ, ਉਹ ਇੱਕ ਮੇਰਾ ਗੀਤ ਆ ਰਿਹਾ ਰੀਬਰਥ, ਕਿਉਂਕਿ ਮੈਨੂੰ 10 ਸਾਲ ਹੋ ਗਏ ਇੰਡਸਟਰੀ 'ਚ ਆਏ ਨੂੰ, ਅਤੇ ਹੁਣ ਮੈਂ ਸੋਚਦਾ ਵੀ ਜਿਹੜਾ ਅਗਲਾ ਦਹਾਕਾ ਉਹ ਰੀਬਰਥ ਨਾਲ, ਅਤੇ ਮੈਂ ਤੁਹਾਨੂੰ ਉਹਦੀਆਂ ਚੰਦ ਲੈਣਾ। ਹੋ ਜਿਹੜੀਆਂ ਖਰਚਾਂ ਇੰਸਟਾ ਉੱਤੇ ਨਿੱਤ ਨਵਾਂ ਗੰਦ ਬੱਕਦੀਆਂ, ਫੇਮ ਲੈਣ ਦੀ ਖਾਤਰ ਨੀ ਨਿੱਤ ਲੀੜੇ ਲਾਲਾ ਨੱਚਦੀਆਂ, ਉਹਨਾਂ ਕੋਲੋਂ ਡਰਦੇ ਆ ਤੇ ਸਿੰਗਰਾਂ ਪਿੱਛੇ ਪੈ ਜਾਂਦੇ, ਇੱਕ ਵੀ ਤੱਤੀ ਗੱਲ ਜੇ ਕਹੀਏ ਲਾ ਕੇ ਤਰਨੇ ਬਹਿ ਜਾਂਦੇ, ਦੋਗਲਿਆਂ ਦੀ ਦੁਨੀਆਂ ਸਾਰੀ ਇਹੋ ਗੱਲਾਂ ਮਾਰਦੀਆਂ, ਬੈਠੇ ਵਿੱਚ ਵਿਦੇਸ਼ਾਂ ਦੇ ਤੇ ਗੱਲਾਂ ਸੱਭਿਆਚਾਰ ਦੀਆਂ, ਇੰਨਾ ਸੱਭਿਆਚਾਰ ਪਿਆਰਾ ਵਿੱਚ ਪੰਜਾਬ ਕਿਉਂ ਵੜਦੇ ਨੀ, ਫੇਸਬੁੱਕ ਤੇ ਲਾਈਵ ਜੇ ਹੋ ਕੇ ਰਹਿੰਦੇ ਲੱਛਣ ਕਰਦੇ ਨੀ, ਮਾਂ ਬੋਲੀ ਨੂੰ ਖਤਰਾ ਏ ਜੋ ਜ਼ਿਆਦਾ ਰੌਲਾ ਪਾਉਂਦੇ ਨੇ, ਆਪਣੇ ਬੱਚੇ ਕਾਹਤੋਂ CBSE ਵਿੱਚ ਪੜ੍ਹਾਉਂਦੇ ਨੇ, ਜਿਹੜੇ ਕਹਿੰਦੇ ਅੱਜ ਕੱਲ੍ਹ ਗਾਇਕਾਂ ਗੰਦ ਬੜਾ ਹੀ ਪਾਇਆ ਏ, ਉਹਨਾਂ ਨੇ ਫਿਰ ਵਿਆਹ ਵਿੱਚ ਕਾਹਤੋਂ ਡਾਂਸਰਾਂ ਨੂੰ ਲਾਇਆ ਏ, ਜਿਹੜਾ ਸਾਨੂੰ ਨਿੰਦਦਾ ਫਿਰਦਾ ਰੱਖ ਕੇ ਚਿੱਟਾ ਦਾੜਾ ਨੀ, ਅੱਧ ਨੰਗੀਆਂ ਦੀ ਬਾਂਹ ਫੜ ਕੇ ਪਰ ਆਪ ਨੱਚੇ ਕਰਤਾਰਾ ਨੀ, ਮੂੰਹ ਦੇ ਉੱਤੇ ਮਖੌਟਾ ਏ ਪਰ ਵਿੱਚੋਂ ਸਭ ਗਦਾਰ ਕੁੜੇ, ਇੱਕੋ ਗੱਲ ਸੁਣਾਵਾਂ ਸਾਰੇ ਛਿੱਤਰਾਂ ਦੇ ਨੇ ਯਾਰ ਕੁੜੇ, ਇੱਕੋ ਗੱਲ ਸੁਣਾਵਾਂ ਸਾਰੇ ਛਿੱਤਰਾਂ ਦੇ ਨੇ ਯਾਰ ਕੁੜੇ। ਬਾਕੀ 2 ਵੀ ਕੰਟੀਨਿਊ ਆ, ਇਹਦਾ ਨਾਂ ਰੀਬਰਥ ਹੈ, ਪੁਨਰ ਜਨਮ, ਤੇ 1 ਦਹਾਕਾ ਮੇਰਾ ਪੂਰਾ ਹੋ ਗਿਆ ਇੰਡਸਟਰੀ 'ਚ, ਹੁਣ ਮੈਂ ਦੁਬਾਰਾ ਇਸ ਗੀਤ ਨਾਲ ਸ਼ੁਰੂਆਤ ਕਰਕੇ ਜਿਹੜੀ ਅਗਲੀ ਪਾਰੀ ਖੇਡਾਂਗੇ ਜੀ।